ਆ ਲੋ ਜੀ ਹੋਰ ਜਵਾਕ ਵਗ ਗਏ ਸਕੂਲ ਮਸਾਂ ਭੇਜਿਆਗਾ ਕਹਿੰਦਾ ਮਾਸਟਰ ਫੀਸ ਨੂੰ ਕਹਿੰਦੇ ਨੇਗੇ ਮੈਂ ਕਿੱਥੋਂ ਦੇ ਦਾਂਦੀ ਢੋਲੀ 'ਚ ਤਾਂ ਆਟਾ ਨਹੀਂ ਹੈਗਾ ਡੱਬਿਆਂ 'ਚ ਚਾਹ ਪੱਤੀ ਖਤਮ ਹੋ ਰਹੀ ਹੈਗੀ ਨਾ ਚੀਨੀ ਹੈਗੀ ਘਰੇ ਮੈਂ ਉਹਨੂੰ ਲਾਰਾ ਲਾ ਕੇ ਭੇਜਿਆਗਾ ਮੈਂ ਪਰਸੋਂ ਤਾਂ ਡੈਡੀ ਨੂੰ ਤਨਖਾਹ ਮਿਲੂਗੀ ਫਿਰ ਦੇ ਦਾਂਗੇ ਆਪਾਂ ਭਰ ਦਾਂਗੇ ਉਹ ਕਾਹਦੀ ਤਨਖਾਹ ਯਾਰ ਸੇਠ ਵੀ 7000 ਤਨਖਾਹ ਆਉਂਦਾ ਮਸਾਂ 12 ਘੰਟੇ ਲਵਾ ਕੇ ਐਂ ਨਹੀਂ ਵੀ ਉਹ ਵੀ ਟਾਈਮ 'ਤੇ ਦੇ ਦੇ ਉੱਥੇ ਮੱਛਰ ਲੱਤਾਂ ਖਾ ਜਾਂਦਾ ਸਾਰੀ ਰਾਤ ਸਿਕਿਉਰਿਟੀ ਗਾਰਡ ਦੀ ਜੋਬ ਕਿਹੜਾ ਸੌਖੀ ਹੈਗੀ ਬਹੁਤ ਔਖਾ ਕੰਮ ਆਗਾ ਫਿਰ ਵੀ ਤਨਖਾਹ ਪੂਰੀ ਨਹੀਂ ਦਿੰਦੇ ਨਾ ਟਾਈਮ 'ਤੇ ਦੇਣ ਤਨਖਾਹ ਵੀ ਘੱਟ ਆ ਬਹੁਤ ਔਖਾ ਹੋਇਆ ਪਿਆ ਗੁਜ਼ਾਰਾ ਕਰਨਾ ਕੀ ਕਰੀਏ ਘਰੇ ਤਾਂ ਕੁਛ ਵੀ ਨਹੀਂ ਹੈਗਾ ਖੈਰ ਜ਼ਹਿਰ ਖਾਣ ਨੂੰ ਰੁਪਈਆ ਨਹੀਂ ਹੈਗਾ ਘਰੇ ਉੱਤੋਂ ਜਵਾਕ ਕਹਿੰਦਾ ਗਾ ਮਾਸਟਰ ਕਹਿੰਦੇ ਨੇ ਫੀਸ ਨਹੀਂ ਕਹਿੰਦਾ ਭਰਦੇ ਤੁਸੀਂ ਤਾਂ ਪੇਪਰ ਨਹੀਂ ਕਰਵਾਉਂਦੇ ਹੈਗੇ ਰੱਬ ਵੀ ਕਿਸੇ ਨੂੰ ਦਿੰਦਾ ਗਾ ਹਮੀਰੀ ਅਸੀਂ ਜੀ ਗਰੀਬੀ ਰੱਬਾ ਕਿਸੇ ਨੂੰ ਨਾ ਦਿਖਾ ਜਿੰਨੀ ਗਰੀਬੀ ਆਪਾਂ ਨੂੰ ਦਿਖਾ ਰਿਹਾ ਗਾ ਤੂੰ ਐਂ ਕਰ ਮੁਸਕਾਨ ਹੁਣ ਕੱਪੜੇ ਲੀੜੇ ਦਾ ਕੰਮ ਤਾਂ ਤੂੰ ਜਾਣਦੀ ਆ ਤੂੰ ਸਿਲਾਈ ਦਾ ਕੰਮ ਕਰ ਲਿਆ ਕਰ ਵਧੀਆ ਪੈਸੇ ਬਣ ਜਾ ਕਰਨਗੇ ਨਾਲੇ ਬਾਹਰੋਂ ਪੈਸਾ ਆਇਓ ਨਾਲੇ ਆਪਣੇ ਘਰ ਦੀ ਗਰੀਬੀ ਚੱਕੀ ਜਾਊਗੀ ਕੱਪੜੇ ਵੀ ਜਨਾਨੀਆਂ ਵੀ ਉਹਨਾਂ ਕੋਲੇ ਜਾਂਦੀਆਂ ਨੇ ਦਰਜੀਆਂ ਕੋਲੇ ਜਿਹੜੇ 500 ਰੁਪਈਆ ਲੈਂਦੇ ਨੇ ਮੇਰੇ ਵਰਗੀ ਨੂੰ 100-150 ਰੁਪਈਆ ਦੇ ਕੇ ਸਾਰ ਦਿੰਦੀਆਂ ਨੇ ਨਾਲ ਹੁਣ ਕਿਹੜਾ ਸੀ ਮੈਂ ਉਹਦਾ ਕੱਪੜੇ ਅੱਜ ਕੱਲ੍ਹ ਸਾਰੀਆਂ ਆਪਣੇ ਘਰੇ ਬਣਾਉਂਦੀਆਂ ਨੇਗੀਆਂ ਕੱਪੜੇ ਦਾ ਕੀ ਕਰਾਂ ਫਿਰ ਹੋਰ ਕੋਈ ਕੰਮ ਦੇਖ ਲਾ ਤੂੰ ਕੀ ਕਰ ਸਕਦੀਆਂ ਕੰਮ ਤਾਂ ਆਪਾਂ ਨੂੰ ਗੁਜ਼ਾਰੇ ਵਾਸਤੇ ਕੋਈ ਕਰਨਾ ਪਊ ਨਹੀਂ ਨਹੀਂ ਆਪਣੀ ਗਰੀਬੀ ਦੂਰ ਹੋਣੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੇ ਗੁੱਸਾ ਨਾ ਕਰੋ ਨਹੀਂ ਗੁੱਸਾ ਕੀ ਕਰਨਾ ਤੂੰ ਦੱਸ ਕੋਈ ਨਾ ਮੈਂ ਕਹਿੰਦੀ ਸੀਗੀ ਮਾਂ ਮਾਤਾ ਸਰਸਪਤੀ ਨੇ ਮੈਨੂੰ ਵਧੀਆ ਕਲਾ ਦਿੱਤੀ ਹੋਈ ਹੈਗੀ ਬੋਲਣ ਦੀ ਹਾਂ ਆਪਣੇ ਪਿੰਡ ਦੇ ਮੁੰਡਿਆਂ ਨੇ ਯੂਟਿਊਬ ਜਾਂ ਨਹੀਂ ਖੋਲ ਰੱਖਿਆ ਚੈਨਲ ਬਣਾ ਰੱਖੇ ਨੇ ਹਾਂ ਹਾਂ ਪਾਉਂਦੇ ਨੇ ਵੀਡੀਓ ਮੈਂ ਦੇਖਦਾ ਰਹਿਣਾ ਹਾਂ ਉਹ ਛੋਟੀਆਂ ਜਿਹੀਆਂ ਸ਼ਾਰਟ ਮੂਵੀਆਂ ਬਣਾਉਂਦੇ ਨੇ ਹਾਂ 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 ਮੈਂ ਕਹਿੰਦੀ ਸੀਗੀ ਮਾਂ ਜੇ ਮੈਂ ਉਹਨਾਂ ਨਾਲ ਵਗ ਜਾ ਕਰਾਂ ਉਹਨਾਂ ਨੂੰ ਵੀ ਕੁੜੀਆਂ ਦੀ ਲੋੜ ਹੈ ਜਿਹੜਾ ਵਧੀਆ ਆਵਾਜ਼ 'ਚ ਬੋਲਣ ਹਾਂ ਹਾਂ ਨਾਲੇ 2 ਪੈਸੇ ਘਰੇ ਆ ਜਾ ਕਰਨਗੇ ਮਾਂ ਉਹ ਚੈਨਲ ਵਾਲਾ ਮੁੰਡਾ ਜਸ਼ਨ ਮੇਰਾ ਦੋਸਤ ਹੀ ਆਗਾ ਮੈਂ ਉਹਦੇ ਨਾਲ ਕਰ ਲੈਣਾ ਗੱਲ ਕੋਈ ਗੱਲ ਨਹੀਂ ਮੈਂ ਵੀ ਐਂ ਕਰੀ ਸੀਗੀ ਗੱਲ ਇੱਕ ਆਪਣੇ ਪਿੰਡ ਆਈ ਸੀਗੀ ਵੀਡੀਓ ਬਣਾਉਣ ਕੁੜੀ ਉਹ ਕਹਿੰਦੀ ਭੈਣ ਕਹਿੰਦੀ ਤੂੰ ਇੰਨਾ ਸੋਹਣਾ ਬੋਲ ਲੈਂਦੀ ਆ ਕਹਿੰਦੀ ਤੂੰ ਇਹੀ ਕੰਮ ਕਰਨ ਲੱਗ ਜਾ ਨਾਲ ਕਹਿੰਦੀ ਦਿਹਾੜੀ ਸ਼ਾਮ ਨੂੰ ਘਰੇ ਆ ਜਾ ਕਰੂਗੀ ਪਰ ਥੋੜੀ ਆ ਸ਼ਰਮ ਆਉਂਦੀ ਵੀ ਆਪਣਾ ਆਂਢ ਗੁਆਂਢ ਕੀ ਕਹੂਗਾ ਪਿੰਡ ਵਾਲੇ ਲੋਕ ਪਿੰਡ ਦੇ ਲੋਕ ਆਂਢ ਗੁਆਂਢ ਦਾ ਕੀ ਉਹ ਕਰਨਾ ਗਾ ਆਪਾਂ ਨੇ ਊ ਆਪਣੇ ਕੋਈ ਪੁੱਛਦਾ ਕਿ ਕਿਸੇ ਗਰੀਬੀ ਵੇਲੇ ਤਾਂ ਆਪਣੇ ਕੋਈ ਖੜਿਆ ਨਹੀਂ ਹੈਗਾ ਆਪਾਂ ਨੇ ਕਿਸੇ ਪਿੰਡ ਵਾਲੇ ਤੋਂ ਜਾਂ ਰਿਸ਼ਤੇਦਾਰਾਂ ਤੋਂ ਕੀ ਲੈਣਾ ਗਾ ਉਹ ਬਾਕੀ ਲੋਕਾਂ ਦਾ ਕੰਮ ਤਾਂ ਹੀ ਹੁੰਦਾ ਚੰਗਾ ਕਰ ਚਾਹੇ ਮਾੜਾ ਕਹਿਣਾ ਤਾਂ ਮਾੜੇ ਹੀ ਆ ਉਹਨਾਂ ਨੇ ਉਹਨਾਂ ਨੇ ਤਾਂ ਮਾੜੀਏ ਕਹਿਣਾ ਗਾ ਚੰਗੇ ਨੂੰ ਖਾਂਦੇ ਪੀਂਦੇ ਨੂੰ ਕੋਈ ਨਹੀਂ ਜਰਦਾ ਹੁੰਦਾ ਨਾਲੇ ਇਹ ਕਿਹੜਾ ਕੰਮ ਮਾੜਾ ਹੈਗਾ ਇਹ ਤਾਂ ਬੰਦੇ ਦੀ ਸੋਚ ਹੋਣੀ ਚਾਹੀਦੀ ਹੈਗੀ ਸਹੀ ਹਾਂ 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 ਤੁਸੀਂ ਮੇਰੇ ਨਾਲ ਖੜੋਗੇ ਤਾਂ ਮੈਂ ਕੰਮ ਕਰ ਲੈਣੀ ਆ ਬਸ ਮੈਂ ਤਾਂ ਤੇਰੇ ਨਾਲ ਖੜਾ ਬਸ ਮੇਰੀ ਇੱਜ਼ਤ ਰੱਖੀ ਮੈਨੂੰ ਤਾਂ ਵਿਸ਼ਵਾਸ ਆ ਤੇਰੇ ਤੇ ਪੂਰਾ ਲੈ ਕਰਦਾ ਮੇਰੇ ਦੋਸਤ ਆ ਜਿਹੜਾ ਜਸ਼ਨ ਉਹਨੂੰ ਕਰਦਾ ਮੈਂ ਫੋਨ ਉਹ ਤੈਨੂੰ ਕੋਈ ਨਾ ਕੋਈ ਕੰਮ ਦੇ ਦੂਗਾ ਆਪਦੇ ਚੈਨਲ 'ਤੇ ਠੀਕ ਹੈ ਨਾ ਬਸ ਤੂੰ ਧਿਆਨ ਇਹ ਰੱਖੀ ਬਈ ਮੈਨੂੰ ਕਦੇ ਧੋਖਾ ਨਾ ਦੇ ਜੀ ਚੰਗਾ ਦੇਖੋ ਮੇਰੀ ਗੱਲ ਸੁਣੋ ਕੋਈ ਧੋਖਾ ਨਹੀਂ ਦਿੰਦੀ ਹੈਗੀ ਨਾਲੇ ਜਿਹੜੀ ਵੱਡੀ ਵੱਡੀ ਫਿਲਮਾਂ 'ਚ ਕੰਮ ਕਰਦੀਆਂ ਨੇ ਕੁੜੀਆਂ ਕਿਹੋ ਜਿਹੇ ਰੋਲ ਕਰਨੇ ਪੈਂਦੇ ਨੇ ਹੈਗੀਆਂ ਤਾਂ ਉਹ ਵੀ ਕਿਸੇ ਦਿਨ ਧੀਆਂ ਭੈਣਾਂ ਨੇਗੀਆਂ ਨਹੀਂ ਉਹ ਤਾਂ ਮੈਂ ਕਿਸੇ ਦੇ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖੀ ਹੋ ਮੈਂ ਤੁਹਾਡਾ ਵਿਸ਼ਵਾਸ ਨਹੀਂ ਤੋੜਦੀ ਹੈਗੀ ਕਦੇ ਵੀ ਨਹੀਂ ਪੂਰਾ ਵਿਸ਼ਵਾਸ ਆ ਮੈਂ ਹੁਣੇ ਗੱਲ ਕਰਦਾ ਉਹਦੇ ਨਾਲ ਠੀਕ ਆ ਰੱਬ ਆਪਣਾ ਹੱਥੇ ਫੜ ਲੇ ਸੁਣ ਲੈ ਰੱਬ ਆਪਣੀ ਲੈ ਮੈਂ ਲਾਉਣਾ ਨੰਬਰ ਉਹਦਾ ਹੈਲੋ ਹਾਂ ਜਸ਼ਨ ਕੀ ਹਾਲ ਆ ਉਹ ਸੁੱਖੀ ਬੋਲਦਾ ਸੀ ਮੈਂ ਹੋਰ ਕਿਵੇਂ ਤੇਰਾ ਯੂਟਿਊਬ ਦਾ ਕੰਮ ਵਧੀਆ ਚੱਲੀ ਜਾਂਦਾ ਅੱਛਾ ਬਣਾਉਂਦੇ ਰਹਿਣਾ ਵੀਡੀਓ ਵੀਡੀਓ ਹੈ ਉਹ ਹਾਂ ਐਂ ਤਾਂ ਮੈਂ ਵੀ ਦੇਖਦਾ ਰਹਿਣਾ 2-3 ਵੀਡੀਓ ਤੁਹਾਡੀਆਂ ਆਈਆਂ ਸੀ ਬਹੁਤ ਵਧੀਆ ਬਣਾਉਂਦੇ ਹੋ ਯਾਰ ਖਿੱਚੀ ਚਲੋ ਕੰਮ ਉਹ ਮੈਂ ਤਾਂ ਤੈਨੂੰ ਇੱਕ ਕੰਮ ਕਹਿੰਦਾ ਸੀ ਉਹ ਯਾਰ ਤੇਰੇ ਵਾਲੀ ਭਰਜਾਈ ਯਾਰ ਆ ਵਧੀਆ ਕਰ ਲੈਂਦੀ ਨਾਟਕ ਨੂਟਕਾਂ 'ਚ ਕੰਮ ਕੀਤਾ ਇਹਨੇ ਸਕੂਲ ਪੜ੍ਹਦੀ ਹੁੰਦੀ ਸੀ ਹੋਰ ਇਹ ਵਧੀਆ ਰੋਲ ਰਾਲ ਕਰ ਲੈਂਦੀ ਆ ਕਦੇ ਰੋਲ ਰਾਲ ਦਵਾ ਦਿਆ ਕਰੋ ਯਾਰ 4 ਪੈਸੇ ਵੱਟੇ ਜਾਂਦੇ ਨੇ ਨਾਲੇ ਬਾਹਰੋਂ ਪੈਸਾ ਆਵੇ ਉਹਦੇ ਵਰਗੀ ਤਾਂ ਰੀਸ ਨਹੀਂ ਹੁੰਦੀ ਅੱਛਾ ਕੱਲ੍ਹ ਨੂੰ ਸ਼ੂਟ ਰੱਖਿਆ ਲੈ ਕਰ ਲੂਗੀ ਕੋਈ ਚੱਕਰ ਹੀ ਨਹੀਂ ਵਧੀਆ ਜਾਣਦੇ ਸਕੂਲ 'ਚ ਕਰਦੀ ਰਹੇ ਨਾਟਕ ਨੂਟਕ ਇਹ ਉਹ ਪੈਸਿਆਂ ਦੀ ਕੋਈ ਗੱਲ ਨਹੀਂ ਯਾਰ ਕੋਈ ਜੋ ਮਰਜ਼ੀ ਦੇ ਦੀ ਆਪਾਂ ਨੂੰ ਕੋਈ ਚੱਕਰ ਨਹੀਂ ਤੇਰੇ ਨਾਲ ਲਿਹਾਜ਼ ਵਾਲਾ ਕੰਮ ਆ ਯਾਰ ਤੂੰ ਕੰਮ ਦੇ ਕੋਈ ਚੱਕਰ ਨਹੀਂ ਜੋ ਤੇਰੀ ਮਰਜ਼ੀ ਹੋਈ ਉਹਨੇ ਪੈਸੇ ਦੇ ਦੀ ਹਾਂ ਕੋਈ ਗੱਲ ਨਹੀਂ ਕੱਲ੍ਹ ਨੂੰ ਆਜੂ ਬਸ ਤੂੰ ਅੱਡੇ ਤੋਂ ਆ ਕੇ ਲੈ ਜਾਈ ਪਿੰਡੋਂ ਮੈਂ ਉੱਥੇ ਭੇਜ ਦੂੰਗਾ ਤੇਰਾ ਨੰਬਰ ਦੇ ਦੂੰਗਾ ਤੈਨੂੰ ਆ ਕੇ ਫੋਨ ਕਰ ਲਊ ਅੱਡੇ ਤੋਂ ਬਸ ਉੱਥੋਂ ਲੈ ਜਾਈ ਆਪਦਾ ਸ਼ੂਟ ਕੱਢ ਲਿਓ ਹਾਂ ਠੀਕ ਆ ਮੈਂ ਕਹਿਣ ਤੜਕੇ ਨੂੰ ਪਹੁੰਚ ਜੂਗੀ ਠੀਕ ਆ ਹਾਂ ਠੀਕ ਆ ਜਸ਼ਨ ਚੰਗਾ ਫਿਰ ਬਸ ਪਹੁੰਚ ਜੂਗੀ ਠੀਕ ਆ
ओके की कहंदा इन्हां ने स्टोरी लिख ली अज कहंदा कल नूं शूट कढ़ना गा अच्छा कोई वधिया कहानी आ गई बस तू काम करें तड़के 7 वाली बस भाग जी 8 बजे नूं पहुंच जी उन्हां दे पिंड ठीक है उत्थे जाके अड्डे ते फोन कर दी तैनूं ले जूगा हाथ ने तैनूं बस चढ़ा दूगा आ जी वधिया पैसे जिन्ने दित्ते ठीक आ ਚੱਲ ਠੀਕ ਆ ਘਰੇ ਆਟਾ ਨਹੀਂ ਹੈਗਾ ਆਟਾ ਲੈ ਆਵਾਂਗੇ ਨਾਲ ਆਪਾਂ ਹਾਂ ਜੇ ਕੰਮ ਚੱਲ ਗਿਆ ਪਤਾ ਹੀ ਨਹੀਂ ਕਿੰਨੇ ਕੁ ਪੈਸੇ ਵੱਟਾਂਗੇ ਕੀ ਪਤਾ ਪਰਮਾਤਮਾ ਹੱਥ ਫੜ ਲਿਆ ਆਪਣਾ ਸੁਣੇ ਲਵੇ ਰੱਬ ਆਪਣੀ ਹੋਰ ਹੋਰ ਚੱਲ ਠੀਕ ਆ ਸਵੇਰੇ ਤੂੰ ਵਗ ਜੀ ਚੰਗਾ ਹੁਣ ਤੂੰ ਰੋਟੀ ਟੁੱਕ ਲਾ ਲਾ ਮੈਂ ਵੀ ਆਰਾਮ ਕਰ ਲਾ ਰਾਤ ਦਾ ਨੀਂਦਾਂ ਦਾ ਮੱਛਰ ਖਾ ਗਿਆ ਸਾਰੀ ਰਾਤ ਮਾਸੀ ਕੋਲ ਆਟਾ ਪੁੱਛ ਕੇ ਆਈ ਤੇ ਮੈਂ ਆਟਾ ਲੈ ਆਵਾਂ ਮਾਸੀ ਕੋਲ ਜਾ ਕੇ ਚੱਲ ਠੀਕ ਆ ਮੈਂ ਅੰਦਰ ਜਾ ਕੇ ਪਹਿਨਾ ਤੂੰ ਪੁੱਛ ਆਟਾ ਠੀਕ ਆ ਠੀਕ ਆ ਜੀ किसी तो करा ली अड्डे खड़ा होगा ਚਲ ਠੀਕ ਆ ਵੇ ਰੋਟੀ ਖਾ ਲਿਓ ਚੰਗਾ ਤੁਸੀਂ ਬਸ ਤੂੰ ਮੇਰਾ ਫਿਕਰ ਕਰ ਮੈਂ ਖਾ ਲਾਂ ਤੂੰ ਜਾ ਛੇਤੀ ਚੰਗਾ ਲੇਟ ਨਾ ਹੋਈ ਹੋਰ ਮੁਸਕਾਨ ਆ ਗਈ ਹਾਂਜੀ ਆ ਗਈ ਹੋਰ ਵਧੀਆ ਰਿਹਾ ਸ਼ੂਟ ਤੇਰਾ ਬਹੁਤ ਵਧੀਆ ਮੈਨੂੰ ਕੰਮ ਕਰਕੇ ਇੰਨਾ ਸੋਹਣਾ ਲੱਗਿਆ ਸਾਰੇ ਇੰਨੇ ਵਧੀਆ ਬੋਲ ਰਹੇ ਸੀਗੇ ਉਹਨਾਂ ਨੂੰ ਮੇਰਾ ਕੰਮ ਪਸੰਦ ਆ ਗਿਆ ਅੱਛਾ ਉਹਨਾਂ ਨੇ ਆ ਪੂਰਾ 1000 ਰੁਪਏ ਦਿੱਤਾ ਮੈਨੂੰ ਚਲੋ ਰੱਬ ਦਾ ਸ਼ੁਕਰ ਆ ਅਸੀਂ ਆਪਣੇ ਘਰ ਦੀ ਗਰੀਬੀ ਚੱਕੀ ਉਹ ਨਾ 1000 ਰੁਪਏ ਕਿਵੇਂ ਮੰਨਦਾ ਉਹ ਵੀ ਬੋਲਣ ਦਾ ਇੱਥੇ ਸਾਰੀ ਰਾਤ ਮੱਛਰ ਨੂੰ ਲੱਤਾਂ ਖਵਾਈ ਦੀਆਂ ਮਸਾਂ 250-300 ਰੁਪਏ ਦਿਹਾੜੀ ਦਾ ਮੰਨਦਾਗਾ ਚਲ ਤੁਸੀਂ ਇਹ ਨਾ ਟੈਨਸ਼ਨ ਲਿਆ ਕਰੋ ਉਹਨਾਂ ਨੇ ਮੈਨੂੰ ਲਗਾਤਾਰ 4-5 ਦਿਨਾਂ ਦਾ ਕੰਮ ਹੋਰ ਦੇਤਾ ਚੱਲ ਵਧੀਆ ਰੱਬ ਦਾ ਸ਼ੁਕਰ ਆ ਉਹ ਕਹਿੰਦੇ ਹੁਣ ਤੇਰੀ ਦਿਹਾੜੀ ਵੀ ਵਧਾ ਦਾਂਗੇ ਤੁਸੀਂ ਐਂ ਕਰੋ ਘਰੇ ਆਪਣੇ ਢੋਲੀ ਚ ਆਟਾ ਨਹੀਂ ਹੈਗਾ ਨਾਲ ਤਾਂ ਆਟਾ ਲਿਆਓ ਜਾ ਕੇ ਨਾਲ ਸੌਦਾ ਖਤਮ ਹੋ ਰਿਹਾ ਸੌਦਾ ਲਿਆਓ ਜਾ ਕੇ ਥੋੜੀ ਤਾਂ ਤਨਖਾਹ ਦਾ ਕੋਈ ਪਤਾ ਨਹੀਂ ਮਿਲੇ ਨਾ ਮਿਲੇ ਚੱਲ ਮੈਂ ਹੁਣੀ ਜਾ ਕੇ ਲੈ ਆਉਣਾ ਠੀਕ ਹੈ ਬਸ ਤੂੰ ਰੋਟੀ ਟੁੱਕ ਦਾ ਕਰ ਲਾ ਠੀਕ ਹੈ ਸ਼ੁਕਰ ਹੈ ਰੱਬਾ ਤੇਰਾ ਜਿਹੜਾ ਤੈਂ ਸਾਡੀ ਬਾਹ ਫੜ ਲਈ ਬਾਕੀ ਦਾ ਆ ਗਿਆ ਫੋਨ हेलो हाँ जी हाँ जी हाँ जी मैं मुस्कान के घर आई गल कर रहा सी हाँ मुस्कान थोड़ा काम कर रही है हाँ कोई गल नहीं मैं दस दो की गल अच्छा छूट बारे ठीक है ले उदे नहीं कर लो गल मैं तो की पता ये बारे मैं मुस्कान गल करी कहते छूट वाल फोन आ यूट्यूब वाल का हेलो हाँ जी सत श्रीकाल जी हाँ जी भाजी कल नू भाजी कल नू तो मैं फ्री है नहीं गी अच्छा चलो कोई गल नहीं मैं कर लेनी है हाँ जी पेमेंट कितनी दोगे 2000 तो बहुत घट है भाजी हूँ तो 3000 रुपये लेने मैं ਉਹ ਤਾਂ ਮੈਨੂੰ ਪਤਾ ਫਸਟ ਟਾਈਮ ਆਉਣਾਗਾ ਪਤਾ ਕੀ ਗੱਲ ਹੈਗੀ ਹਾਂ ਬਾਕੀ ਹਾਂ ਤੁਸੀਂ ਫਿਲਮਾਂ ਦੇਖੀ ਹੋਣੀਆਂ ਚਲੋ ਓਹੋ ਉਹਨਾਂ ਨੂੰ ਤਾਂ ਮੈਂ ਜਾਣਦੀ ਹਾਂ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਭਾਜੀ ਕੋਈ ਨਾ ਫਿਰ ਮੈਂ ਕੱਲ੍ਹ ਨੂੰ ਆ ਜੂੰਗੀ ਆਉਣਾ ਕਿੱਥੇ ਆ ਨਹੀਂ ਮੈਂ ਲਹਿਰੇ ਪਹੁੰਚ ਜੂੰਗੀ ਤੁਸੀਂ ਉੱਥੇ ਆ ਜਿਓ ਲੈਣ ਮੈਨੂੰ ਠੀਕ ਹੈ ਭਾਜੀ ਓਕੇ ਇਹ ਨੰਬਰ ਤਾਂ ਮੇਰੇ ਘਰਦਿਆਂ ਦਾ ਗਾ ਮੇਰੇ ਨੰਬਰ ਤੋਂ ਕਾਲ ਕਰੂੰਗੀ ਮੈਂ ਆ ਕੇ ਤੁਹਾਨੂੰ ਠੀਕ ਹੈ ਜੀ
ਲੋ 2500 ਰੁਪਏ ਚ ਕਹਿਤਾ ਮੈਂ ਉਹਨਾਂ ਨੂੰ ਠੀਕ ਆ ਤਿੰਨ ਮੰਗਿਆ ਸੀ ਉਹ ਕਹਿੰਦੇ ਵੀ ਹਜੇ ਕਹਿੰਦੇ ਸੀ ਨਵੇਂ ਨਵੇਂ ਵੀ 2500 ਰੁਪਏ ਲੈ ਲਿਓ ਤੁਸੀਂ ਚਲ ਬਹੁਤ ਆ ਕੋਈ ਗੱਲ ਨਹੀਂ ਬਾਲਾ ਵੀ ਮੂੰਹ ਨਹੀਂ ਏਡੀ ਦਾ ਕੋਈ ਨਾ ਤਾਂ ਆਪੀ ਚੱਲੀ ਜਾਊਗੀ ਪਤਾ ਕੀ ਕਹਿਦਾ ਮੈਂ ਕਹਿ ਰਹੀ ਸੀ ਤੁਹਾਨੂੰ ਮੈਂ ਸੁਬਾ ਫਿਰ ਜਾਊਂਗੀ ਉਹ ਸੁਬਾ ਆਪਣੇ ਵਾਲਾ ਫੋਨ ਲੈ ਕੇ ਜਾਊਂਗੀ ਮੈਂ ਕੋਈ ਨਾ ਲੈ ਜੀ ਤੂੰ ਬਸ ਟਾਈਮ ਨਾਲ ਪਹੁੰਚ ਜੀ ਹਾਂ ਹਾਂ ਟਾਈਮ ਨਾਲ ਹੀ ਪਹੁੰਚ ਤੂੰ ਕੀ ਕਹਿੰਦਾ ਲੈ ਰੇ ਤੂੰ ਲੈ ਜਾਂਗੀ ਹਾਂ ਲੈ ਰੇ ਤੂੰ ਆਪੀ ਲੈ ਜਾਊਗਾ ਮੁੰਡਾ ਆ ਕੇ ਹਾਂ ਬਸ ਠੀਕ ਆ ਤੂੰ ਕਰ ਲੈ ਕੰਮ ਕਰ ਹਾਂ ਮੈਂ ਕੰਮ ਕਰ ਰਹੀ ਠੀਕ ਆ ਹਾਂ ਵੀਰੇ ਸਟੋਰੀ ਦੱਸ ਦਾਂਦੇ ਮੈਨੂੰ ਸਟੋਰੀ ਨਾ ਜੀ ਇੱਕ ਆਪਣਾ ਇਸ਼ਕ ਤੇ ਹੈ ਅੱਛਾ ਤੇ ਇੱਕ ਮੁੰਡਾ ਹੁੰਦਾ ਇੱਕ ਕੁੜੀ ਹੁੰਦੀ ਹੈ ਆਪਸ 'ਚ ਉਹ ਪਿਆਰ ਕਰਦੇ ਨੇ ਅਤੇ ਜੋ ਕੁੜੀ ਆ ਉਹ ਆਪਣੇ ਬਾਪ ਦੀ ਪੱਗ ਨੂੰ ਕਿਵੇਂ ਦਾਗ ਲਾਉਂਦੀ ਹੈ ਉਹ ਆਪਾਂ ਸਾਰਾ ਸਟੋਰੀ ਬਾਕੀ ਲਿਖੀ ਪਈ ਹੈ ਤੁਹਾਨੂੰ ਮੌਕੇ ਟੂ ਮੌਕੇ ਡਾਇਲੋਗ ਅਸੀਂ ਦਿੰਦੇ ਰਹਾਂਗੇ ਹਾਂ ਵੀਰੇ ਮੈਨੂੰ ਤੁਰਤ ਪੈਰੀ ਦੱਸ ਦੇ ਰਹੇ ਹੋ ਕਿਉਂਕਿ ਮੇਰੇ ਇੰਨਾ ਯਾਦ ਨਹੀਂ ਰਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਟੈਨਸ਼ਨ ਨਾ ਲਓ ਜੀ ਤੁਸੀਂ ਚਲੋ ਫਿਰ ਤੁਸੀਂ ਹੁਣ ਕੰਮ ਸ਼ੁਰੂ ਕਰਦੇ ਆਪਾਂ ਹਾਂ ਚਲੋ ਠੀਕ ਹੈ ਜੀ ਹਾਂਜੀ ਮੁਸਕਾਨ ਜੀ ਕਿੰਨੇ ਪੈਸੇ ਦਈਏ ਹਾਂ ਵੀਰੇ ਜਿੰਨੇ 'ਚ ਗੱਲ ਹੋਈ ਸੀਗੀ ਗੱਲ ਤਾਂ 2500 'ਚ ਹੋਈ ਸੀ ਜੀ ਦੇਖ ਲਓ 2500 ਤੁਹਾਨੂੰ ਹੋਰ ਦੇ ਦਿੰਦਾ ਵੱਧ ਨਾ ਵੀਰੇ ਤੁਹਾਨੂੰ ਪਤਾ ਹੀ ਹੈ ਨਾ ਵੀਰੇ ਮੈਨੂੰ ਹੱਕ ਦੀ ਕਮਾਈ 'ਤੇ ਸਬਰ ਹੈਗਾ ਬਾਕੀ ਘਰੇ ਮੇਰਾ ਪਤੀ ਹੈਗਾ ਮੇਰੇ 'ਤੇ ਰੱਬ ਵਰਗਾ ਵਿਸ਼ਵਾਸ ਕਰਦਾ ਉਹ ਨਾਲੇ ਵੀਰੇ ਕਵੇਲਾ ਬਹੁਤ ਹੋ ਰਿਹਾ ਮੈਨੂੰ ਅੱਡੇ ਤੱਕ ਛੱਡਿਓ ਮੇਰੀ ਬੱਸ ਨਾ ਲੰਘ ਜੇ ਚੱਲ ਮਰਜ਼ੀ ਹੈ ਤੇਰੀ ਦੇਖ ਲੈ ਚਲੋ ਬਸ ਚੱਲਦੇ ਆ ਜਾਓ ਬਹਿ ਜਾਓ ਪੈਸੇ ਸੁਣ ਮੈਂ ਗੱਡੀ 'ਚ ਹੀ ਦਿੰਦਾ
ਵੀਰੇ ਮੈਂ ਕੱਲ ਉਹਨਾਂ ਨਾਲ ਟਿੰਡ ਸਾਰਾ ਨਾਲ ਬਣਾ ਕੇ ਗਈ ਉਹਨਾਂ ਨੇ 4000 ਕੇ ਦਿੱਤਾ ਸੀ ਕੋਈ ਗੱਲ ਨਹੀਂ ਵੀਰੇ ਅਸੀਂ ਕਿਹੜਾ ਸੋਤੋਂ ਭੱਜਾਂਗੇ ਦੇ ਦਿਓ ਤੁਸੀਂ ਕਿੰਨਾ ਦੇਵੋਗੇ ठीक है भी कोई गल नहीं मैं आ ठीक है देख ला मुस्कान रब जो भी दिता ना छप्पर पार के दिता कद कद आप 100 रुपये भी दस सकते अज आप हजार खेलते देख ला हाँ जी ये थोड़ी बदौलत है जे तुम मैं ना किते तोरो तो मैं कितने पहुंचती नाले जो पुसेंगी थोड़े करके आएगी मैं बस मुस्कान मैं तेरे ते विश्वास किया तू मेरा विश्वास ना तोरी कदे मैं धोखा ना दिखेगा मैं थोड़ा विश्वास नहीं तोड़ती हैगी मैं तो बहुत जो तुमने मेरा इन्ना साथ दिता है मैं तुम्हें कदे भी धोखा नहीं दूंगी मेरा साथ तेरे ना चाहे रिश्तेदार तेरे कोई भी तेरे ना नहीं वरतदा ये धंधे च काम कर करके पर मेरा तेरे ना पूरा साथ है मेरा सहयोग है तू कितना भी काम कर ये लाइन च ठीक है ना काम तो देखो जी कोई भी माड़ा नहीं है चाहे दिहाड़ी कर लो झाड़ू पोचे कर लो जिन्हें गलत होना होंगे वो अंदर अंदर भी रह के हो जाता है सही गल है हम मैंने किसी रिश्तेदार तो किसी तो कुछ नहीं लेना मैंने जिंदगी छोटे नाल कटनी है जो तुम मेरे ते ना विश्वास कर दो मैं थोड़ा पर विश्वास कदे भी नहीं तोड़ूंगी ਬਾਕੀ ਰਹੀ ਗੱਲ ਮੈਨੂੰ ਲੋਕਾਂ ਦੀ ਲੋਕ ਤਾਂ ਕੁੱਤੇ ਦਾ ਭੌਂਕਦੇ ਹੁੰਦੇ ਨੇ ਜੇ ਜੀ ਸੋਚ ਆ ਵੀ ਜੀ ਸੋਚ ਰੱਖਣ ਦੇ ਲੋਕਾਂ ਨੂੰ ਮੈਂ ਲੋਕਾਂ ਦੀ ਤਾਂ ਸੋਚ ਹੀ ਇਹੀ ਆ ਤੁਸੀਂ ਚੰਗਾ ਕਰ ਲਓ ਕੰਮ ਮਾੜਾ ਕਰ ਲਓ ਲੋਕਾਂ ਨੇ ਤਾਂ ਮਾੜਾ ਕਹਿਣੀ ਆ ਹੁਣ ਦੇਖੋ ਤੁਹਾਡੀ ਬਦੌਲਤ ਮੈਂ ਕਿੱਥੇ ਦੀ ਕਿੱਥੇ ਪਹੁੰਚ ਗਈ ਨਹੀਂ ਆਪਣੇ ਘਰੇ ਆਟਾ ਨਹੀਂ ਹੁੰਦਾ ਸੀ ਅੱਜ ਆਪਣੇ ਘਰੇ ਸਭ ਕੁਛ ਬਣਿਆ ਪਿਆ ਆਪਣੇ ਘਰ 'ਚ ਬੱਚੇ ਆਪਣੇ ਵਧੀਆ ਸਕੂਲ 'ਚ ਪੜ੍ਹਦੇ ਆ ਬਾਕੀ ਮੈਂ ਕੱਪੜਾ ਲੀੜਾ ਵਧੀਆ ਪਾਉਣ ਲੱਗ ਗਈ ਹੁਣ ਤੁਸੀਂ ਵੀ ਆਪਣੀ ਨੌਕਰੀ ਸਰਤੀ ਜਿਹੜੀ ਆਪਾਂ ਨੇ ਮਸਾ ਦਿੰਦੇ ਸੀ ਆਪਾਂ ਨੂੰ ਪੈਸੇ 8000-7000 ਰੁਪਿਆ ਮਹੀਨੇ ਦਾ ਬੋਲੋ ਕੇ ਦਿੰਦੇ ਸੀਗੇ ਤੁਸੀਂ ਨੇ ਆਪਣੀ ਦੁਕਾਨ ਖੋਲ ਲਈ ਵਧੀਆ ਆਪਣੀ ਦੁਕਾਨ ਵਧੀਆ ਚੱਲ ਰਹੀ ਹੈਗੀ ਹੁਣ ਚੱਲ ਤੂੰ ਤੜ ਕੇ ਚਲੀ ਜਾਈ ਮੈਨੂੰ ਬਾਰੇ ਥੋੜਾ ਉਹ ਸਰਪੰਚਾਂ ਦੇ ਜਾ ਕੇ ਆਉਣਾ ਕੰਮ ਸੀ ਮੈਂ ਜਾ ਆਵਾਂ ਚੰਗਾ ਚਲੋ ਤੁਸੀਂ ਜਾ ਆਓ ਫਿਰ ਹਾਂ ਰੱਬਾ ਜਿਹਾ ਜਿਹਾ ਮੇਰੇ ਘਰ ਵਾਲਾ ਗਾ ਐਸਾ ਘਰ ਵਾਲਾ ਹਰ ਕਿਸੇ ਨੂੰ ਦੇ ਇੰਨਾ ਸਮਝਦਾਰ ਮੇਰਾ ਇੰਨਾ ਸਾਥ ਦੇ ਰਿਹਾ ਗਾ ਪਰ ਮੈਂ ਵੀ ਕਦੇ ਗਲਤ ਨਹੀਂ ਹੋਊਂਗੀ ਮੈਂ ਤਾਂ ਵਿਸ਼ਵਾਸ ਕਦੇ ਵੀ ਨਹੀਂ ਤੋੜਦੀ ਮੇਰੇ ਔਰਤ ਨਹੀਂ ਹੈਗਾ ਸੀਨ ਨਾ ਨਾ ਹੁਣ ਤਾਂ ਕੋਈ ਸੀਨ ਨਹੀਂ ਹੈਗਾ ਚੱਲ ਫਿਰ ਮੈਨੂੰ ਪੈਸੇ ਦੇ ਦੋ ਮੇਰੀ ਬੱਸ ਦਾ ਟਾਈਮ ਹੋ ਜਾਏਗਾ ਉਹ ਕੋਈ ਨਾ ਖਰਚਾ ਦੇ ਦੇਣੇ ਪੈਸੇ ਵੀਰੇ ਕੀ ਕਰ ਲਾਂਗਾ ਤੂੰ ਮੋਰੇ ਹੱਥ ਲਵਾਉਣ ਨਹੀਂ ਆਉਂਦੀ ਹੈਗੀ ਮੈਂ ਮਜਬੂਰੀ ਦੀ ਮਾਰੀ ਇਹ ਕੰਮ ਕਰ ਦਿਆਂਗੀ ਤੂੰ ਮੇਰੀ ਮਜਬੂਰੀ ਦਾ ਫਾਇਦਾ ਸੁਣਨਾਗਾ ਨਾ ਹੁਣ ਤੂੰ ਮੇਰੇ ਤੇ ਰੋਬ ਜਦਾਉਣੀ ਹੈ ਤੇਰਾ ਖਸਮ ਮੇਰੇ ਮੂਰੇ ਹੱਥ ਬੰਦਾ ਦੀ ਉਦੋਂ ਯਾਦ ਨਹੀਂ ਤੇਰੇ ਯਾਦ ਨਹੀਂ ਤੇਰੇ ਉਹ ਕੰਮ ਵਾਸਤੇ ਬੰਦਾ ਸੀ ਹੱਥ ਮੂਰੇ ਆਪਣੀ ਇੱਜ਼ਤ ਵੀ ਦੇਣ ਆਉਂਦੀ ਹੈਗੀ ਤਾਂ ਹੀ ਸਾਰੇ YouTube ਵਾਲੇ ਨੂੰ ਬਦਨਾਮ ਕਰਦੇ ਨੇ ਸੋਡੇ ਵਰਗੇ ਮੁੰਡੇ ਜਿਹੜੇ ਇਹ ਜਿਹੇ ਹਰਕਤਾਂ ਕਰਦੇ ਨੇਗੇ ਮੇਰੇ ਕੰਮ ਕਰਨ ਆਉਂਦੀਆਂ ਆ ਦੇਖ ਲੈ ਵੀਰੇ ਮੇਰੀ ਮਜਬੂਰੀ ਦਾ ਫਾਇਦਾ ਉਠਾਉਂਦਾ ਆ ਤੇਰੇ ਵਾਸਤੇ ਗਲਤ ਗੱਲ ਹੈ ਓਏ ਆ ਲੈ ਪੜ ਪੈਣੇ ਪੈਸੇ ਤੈਨੂੰ ਅੱਡੇ ਤੱਕ ਛੱਡ ਕੇ ਆਉਣਾ ਮੈਂ ਅੱਜ ਤੋਂ ਬਾਅਦ ਤੇਰੀ ਵੀਡੀਓ 'ਚ ਕੰਮ ਨਹੀਂ ਕਰਦੀ ਸੁਣਿਆ ਹੋਇਆ ਆ ਦੇਖੋ ਜੀ ਆਪਣਾ ਮੁੰਡਾ ਹੀ ਵਧੀਆ ਸਕੂਲ 'ਚ ਲੱਗ ਗਿਆ ਹੁਣ ਨਹੀਂ ਗਵਾਂਢ ਨਾ ਮੈਨੂੰ ਇੰਨੇ ਇੰਨੇ ਮਿਹਣੇ ਦਿੰਦੀਆਂ ਸੀ ਹੈਗੀਆਂ ਸਰਕਾਰੀ 'ਚ ਜਾਂਦਾ ਸੀ ਨਾ ਹੁਣ ਤਾਂ ਇਹ ਵੀ ਵਧੀਆ ਕੱਪੜੇ ਲੀੜੇ ਪਾਉਣ ਲੱਗ ਗਿਆ ਵਧੀਆ ਪੜ੍ਹਨ ਲੱਗ ਗਿਆ ਇਹ ਹੋਰ ਆਪਾਂ ਨੂੰ ਵੀ ਵਧੀਆ ਕੱਪੜਾ ਲੀੜਾ ਜੋੜਨ ਲੱਗ ਗਿਆ ਹੁਣ ਤਾਂ ਮਹਿੰਗੇ ਪਾਉਣੇ ਆ ਪਹਿਲਾਂ ਉਹੀ ਟੁੱਟੀਆਂ ਭੱਜੀਆਂ ਲੋਹਰਾਂ ਟੀ ਸ਼ਰਟਾਂ ਪਾਈ ਫਿਰਦੇ ਤੂੰ ਵੀ ਟੁੱਟੇ ਭੱਜੇ ਸੂਟ ਪਾਈ ਫਿਰਦੀ ਸੀ ਨਾਲੇ ਮੈਂ ਐ ਸੋਚਦੀ ਸੀ ਹੁਣ ਆਪਣੇ ਕੋਲ ਇੰਨੇ ਪੈਸੇ ਤਾਂ ਇਕੱਠੇ ਹੋ ਗਏ ਹਾਂ 3-4 ਲੱਖ ਰੁਪਇਆ ਤਾਂ ਮੇਰੇ ਕੋਲ ਜੁੜ ਗਿਆ ਤੁਹਾਡੇ ਕੋਲ ਵੀ ਹੈਗਾ ਆਪਣੀ ਦੁਕਾਨ ਵਧੀਆ ਚੱਲ ਰਹੀ ਆ ਹੁਣ ਆਪਾਂ ਐ ਕਹਿੰਦੇ ਸੀ ਜਿਹੜੇ ਬਾਹਰਲੀ ਜਗ੍ਹਾ ਆਪਾਂ ਉੱਥੇ ਨਾ ਮਕਾਨ ਬਣਾ ਲਈਏ ਵਧੀਆ ਹੋਰ ਪਾ ਲੈਣਾ ਜਿਵੇਂ ਤੇਰੀ ਮਰਜ਼ੀ ਆਪਾਂ ਕਰ ਲੈਣਾ ਕੋਈ ਚੱਕਰ ਨਹੀਂ ਤੇਰਾ ਕੰਮ ਵਧੀਆ ਚੱਲਦਾ ਹੁਣ ਹੁਣ ਤਾਂ ਮੇਰਾ ਕੰਮ ਵੀ ਵਧੀਆ ਚੱਲ ਪਿਆ ਹੁਣ ਤਾਂ ਪਹਿਲਾਂ ਤਾਂ ਮੈਂ 2-3 YouTube ਤੇ ਕੰਮ ਕਰਦੀ ਸੀਗੀ ਚੈਨਲਾਂ ਤੇ ਹੁਣ ਵਧੀਆ ਸਾਰਿਆਂ ਨਾਲ ਜਾਣ ਪਹਿਚਾਣ ਹੋ ਰਹੀ ਆ ਮੇਰੀ ਹਾਂ ਮੈਂ ਕਹਿੰਦੀ ਨਾਲ ਤਾਂ ਆਪਾਂ ਮਕਾਨ ਬਣਾ ਲੈਣਾਗੇ ਤੇਰੇ ਨਾਲੇ ਆਪਾਂ ਗੱਡੀ ਸੋਚ ਰਹੀ ਸੀ ਮੈਂ ਲੈਣ ਵਾਸਤੇ ਮੈਂ ਗੱਡੀ ਕੋਈ ਗੱਲ ਨਹੀਂ ਗੱਡੀ ਲੈ ਲੈਨੇ ਆਪਾਂ ਠੀਕ ਆ ਨਾ ਬਾਕੀ ਹੁਣ ਫੋਨ ਆਇਆ ਸੀਗਾ ਭੈਣ ਦਾ ਵੱਡੀ ਦਾ ਹਾਂ ਕਹਿੰਦੀ ਤੇਰੇ ਬੰਦੇ ਨੂੰ ਤਾਂ ਕੋਈ ਸ਼ਰਮੇ ਨਹੀਂ ਹੈਗੀ ਕਮਾਈ ਖਾਣ ਦਾ ਮਾਰਾ ਤੈਨੂੰ ਕੰਮਾਂ ਤੇ ਭੇਜਦਾ ਫਲਾਣਾ ਭੇਜਦਾ ਮੰਮੀ ਇਹਨੇ ਕੀ ਲੈਣਾਗਾ ਉਹ ਤਾਂ ਖਾਂਦਾ ਕਮਾਈ ਮੇਰੀ ਖਾ ਰਿਹਾਗਾ ਹਾਂ ਹਾਂ ਮੇਰੇ ਆਓ ਨਾ ਆਓ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ ਮੈਂ ਮੇਰੇ ਬੰਦਾ ਮੇਰੇ ਨਾਲ ਖੜਿਆਗਾ ਹਾਂ ਆਪਾਂ ਕਿਸੇ ਤੋਂ ਕੀ ਲੈਣਾ ਜਿਹੜਾ ਨਹੀਂ ਆਉਂਦਾ ਨਾ ਆਵੇ ਧੱਕੇ ਖਾਵੇ ਰੱਬ ਨੇ ਇੰਨੀ ਸੁਣ ਰੱਖੀ ਹੈਗੀ ਅੱਜ ਆਪਣੇ ਸਭ ਕੁਝ ਹੈਗਾ ਘਰੇ ਬਾਕੀ ਮੇਰਾ ਪੁੱਤ ਦੇਖ ਹੁਣ ਕਿੰਨਾ ਖੁਸ਼ ਰਹਿੰਦਾ ਹੈਗਾ ਨਾਲੇ ਪੜ੍ਹ ਰਿਹਾਗਾ ਬਸ ਤੂੰ ਕੰਮ ਨੂੰ ਦੱਬੀ ਚੱਲ ਐਵੇਂ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਬਸ ਤੁਸੀਂ ਮੇਰੇ ਨਾਲ ਹੋਗੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਜਿਹੜੇ ਕੁੱਤੇ ਭੌਂਕਦੇ ਨੇ ਭੌਂਕੀ ਜਾਣਦੇ ਸੁੱਖੀ
ਹਾਂਜੀ ਸਰਪੰਚ ਸਾਹਿਬ, ਕਿਵੇਂ ਗੇੜਾ ਮਾਰਿਆ ਸੀ ਫਿਰ? ਸੁੱਖੀ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਹਾਂ ਦੱਸੋ। ਤੇਰੇ ਘਰ ਵਾਲੀ ਇਹ ਫਿਲਮਾਂ 'ਚ ਕੰਮ ਕਰਦੀ ਹੈ ਨਾ, ਹਾਂ, ਇਹ ਕੰਮ ਵਧੀਆ ਨਹੀਂ ਹੈਗਾ। ਨਾਲੇ ਤਾਂ ਇਹਦੇ ਨਾਲ ਬੱਚੇ ਹੁੰਦੇ ਨੇ ਖਰਾਬ ਪਿੰਡ ਦੇ, ਨਾਲੇ ਤੁਹਾਡੇ ਸਾਕ ਸੰਬੰਧੀਆਂ 'ਚ ਗੱਲਾਂ ਹੁੰਦੀਆਂ ਨੇ ਸਾਰੀਆਂ। ਇਹ ਤਾਂ ਗੱਲ ਪੰਚਾਇਤ ਤੱਕ ਜਾਂਦੀ ਤੀ। ਮੈਂ ਫਿਰ ਉਹਨੂੰ ਸਮਝਾ ਕੇ ਕਿਹਾ ਵੀ ਚੱਲ ਮੈਂ ਉਹਨਾਂ ਦੇ ਕੇਰਾਂ ਘਰੇ ਜਾ ਕੇ ਸਮਝਾ ਆਉਣਾ, ਠੀਕ ਹੈ, ਪਰ ਇਹ ਤੁਸੀਂ ਸਮਝ ਜਾਓ ਇਹ ਗੱਲ, ਕੰਮ ਜਿਹੜਾ ਤੁਹਾਡਾ ਵਧੀਆ ਨਹੀਂ ਹੈਗਾ ਕਰਨ ਵਾਲਾ। ਗੱਲ ਸੁਣੋ ਸਰਪੰਚ ਜੀ ਮੇਰੀ, ਜਦੋਂ ਧੀ ਭੈਣਾਂ ਪਿੰਡ ਦੀਆਂ ਨੇ ਜਿਹੜੀਆਂ ਯੂਟਿਊਬ 'ਤੇ ਇਹਨਾਂ 'ਤੇ ਕੀ ਕਹਿੰਦੇ ਨੇ ਟਿਕਟੋਕਾਂ 'ਤੇ ਫਿਲਮਾਂ ਬਣਾਉਂਦੀਆਂ ਨੇ, ਗਾਣੇ ਬਣਾਉਂਦੀਆਂ ਨੇ, ਕੱਪੜੇ ਦੇ ਪਾ ਪਾ ਕੇ ਫਿਲਮਾਂ ਦੇਖਦੀਆਂ ਨੇਗੀਆਂ, ਬਾਹਰ ਜਾਂਦੀਆਂ ਨੇ ਕਾਲਜਾਂ 'ਚ, ਉਦੋਂ ਖਰਾਬ ਨਹੀਂ ਹੁੰਦੇ ਜਵਾਕ? ਜੇ ਅਸੀਂ ਦੂਰੀਆਂ ਨੂੰ ਸਮਝਾਉਣਾਗੇ ਤਾਂ ਇਹਦੇ ਕਰਕੇ, ਮੇਰੇ ਕਰਕੇ ਤਾਂ ਦੁਨੀਆ ਖਰਾਬ ਹੋ ਰਹੀ ਹੈ, ਪਿੰਡ ਦੀਆਂ ਕੁੜੀਆਂ ਵੀ ਖਰਾਬ ਹੁੰਦੀਆਂ ਨੇ। ਰੋਜ਼ ਦੇਖਦੀ ਹਾਂ ਸਰਪੰਚ ਜੀ ਮੈਂ, ਜਦੋਂ ਜਾਂਦੀ ਅੱਡੇ 'ਤੇ ਮੁੰਡਿਆਂ ਨਾਲ ਖੜੀਆਂ ਹੋਈਆਂ, ਉਦੋਂ ਪਿੰਡ ਦੀਆਂ ਕੁੜੀਆਂ ਖਰਾਬ ਨਹੀਂ ਹੁੰਦੀਆਂ, ਮੇਰੇ ਕਰਕੇ ਹੁਣ ਖਰਾਬ ਹੋ ਗਈਆਂ। ਨਾਲੇ ਸਰਪੰਚ ਸਾਹਿਬ, ਫਿਲਮ ਕੋਈ ਵੀ ਮਾੜੀ ਨਹੀਂ ਹੁੰਦੀ, ਲੋਕਾਂ ਦੀ ਸੋਚ ਮਾੜੀ ਹੁੰਦੀ ਆ। ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਕੰਮ ਕਰਦੀਆਂ, ਨੀਰੂ ਬਾਜਵਾ ਹੋ ਗਈ, ਸੋਨਮ ਬਾਜਵਾ ਹੋ ਗਈ, ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ, ਉਹ ਵੀ ਫਿਲਮਾਂ ਬਣਾਉਂਦੀਆਂ। ਜੇਕਰ ਕਿਸੇ ਗਰੀਬ ਦਾ ਘਰ ਚੱਲਦਾ, ਉਹ 'ਚ ਲੋਕ ਕਹਿਣ ਲੱਗ ਜਾਂਦੇ ਨੇ। ਸੋਨੂੰ ਵੀ ਸਰਪੰਚ ਸਾਹਿਬ ਇਹ ਗੱਲ ਸਮਝਣੀ ਚਾਹੀਦੀ ਹੈਗੀ, ਅਸੀਂ ਆਪਦਾ ਘਰ ਤੋਰਦੇ ਹਾਂ, ਅਸੀਂ ਉਹਨਾਂ ਵਧੀਆ ਪੈਸੇ ਕਮਾ ਰਹੇ ਹਾਂ, ਸਾਡਾ ਘਰ ਚੱਲਦਾ, ਜਵਾਕ ਚੰਗੇ ਸਕੂਲ 'ਚ ਲੱਗ ਗਏ, ਸਾਡੀ ਗਰੀਬੀ ਦੂਰ ਹੋ ਗਈ, ਵਧੀਆ ਕੱਪੜਾ ਲੀੜਾ ਪਾਉਣ ਲੱਗ ਗਏ, ਲੋਕਾਂ ਦਾ ਦੱਸੋ ਕਿ ਢਿੱਡ ਦੁਖਦਾ ਇਹਦੇ ਵਿੱਚ, ਠੀਕ ਹੈ ਨਾ? ਕਿਸੇ ਦਾ ਤਾਂ ਨਹੀਂ ਖਾਂਦੇ, ਅਸੀਂ ਆਪਦਾ ਕਮਾ ਕੇ ਪਾ ਰਹੇ ਹਾਂ, ਲੋਕ ਸਾਨੂੰ ਸਹਿਯੋਗ ਦੇ ਰਹੇ ਨੇ, ਵਧੀਆ ਸਾਡੇ ਵਿਊ ਆ ਰਹੇ ਨੇ, ਵੀ ਲੋਕ ਵੀਡੀਓ ਦੇਖ ਰਹੇ ਨੇ, ਇਹ 'ਚ ਕਿਸੇ ਦਾ ਕੀ ਢਿੱਡ ਦੁੱਖਦਾ ਹੈਗਾ, ਇਹ ਦੱਸੋ ਮੈਨੂੰ। ਨਾਲੇ ਸਰਪੰਚ ਜੀ ਮੇਰੀ ਗੱਲ ਸੁਣੋ, ਜਿੱਥੇ ਅਸੀਂ ਵੀਡੀਓ ਬਣਾਉਂਦੇ ਹਾਂ ਨਾ, ਪਰਿਵਾਰ 'ਚ ਬਣਾਉਂਦੇ ਹਾਂ, ਫੈਮਿਲੀ ਹੁੰਦੀ, ਉਹਨਾਂ ਦੇ ਵੀ ਧੀ ਭੈਣਾਂ ਨੇਗੀਆਂ ਜਿਹੜੇ ਬਣਾਉਂਦੇ ਨੇ, ਮਾੜੀ ਮੋਟੀ ਸੋਚ ਸਹੀ ਰੱਖਣੀ ਚਾਹੀਦੀ ਆ। ਤੁਸੀਂ ਪਿੰਡ ਦੇ ਸਰਪੰਚ ਹੋ, ਤੁਸੀਂ ਆਪ ਸਮਝਦਾਰ ਹੋਵੋਗੇ ਵੀ ਇਹੋ ਜਿਹਾ ਕੋਈ ਗਲਤ ਕੰਮ ਥੋੜ੍ਹੀ ਚੋਰਾਂਗੇ ਅਸੀਂ। ਮੈਨੂੰ ਵੀ ਆਪਦੀ ਇੱਜ਼ਤ ਪਿਆਰੀ ਆ, ਮੈਨੂੰ ਵੀ ਆਪਦੇ ਪਿੰਡਿਆਂ ਦੀ ਇੱਜ਼ਤ ਪਿਆਰੀ ਹੈਗੀ। ਨਾਲੇ ਬਾਕੀ ਤੁਸੀਂ ਮਾੜਾ ਬਾਹਰ ਨਿਕਲ ਕੇ ਦੇਖੋ, ਫਿਰ ਦੁਨੀਆ ਬਾਰੇ ਪਤਾ ਚੱਲੂਗਾ, ਤਾਂ ਹੀ ਤਾਂ ਦੁਨੀਆ ਬਾਹਰ ਜਾਂਦੀ ਆ। ਬਾਕੀ ਸਰਪੰਚ ਸਾਹਿਬ, ਜੇ ਤੁਹਾਨੂੰ ਫਿਰ ਵੀ ਬੁਰਾ ਲੱਗਦਾ ਤਾਂ 1,00,000 ਰੁਪਈਆ ਕਮਾ ਲੈਂਦੀ ਹੈ ਮਹੀਨੇ ਦਾ, ਤੁਸੀਂ ਪੰਚਾਇਤ ਤੋਂ ਇਕੱਠਾ ਕਰਕੇ ਸਾਨੂੰ 80,000 ਹੀ ਮਹੀਨਾ ਦੇ ਦਿਆ ਕਰੋ, ਸਾਡਾ ਘਰ ਵਧੀਆ ਚੱਲ ਰਹੀ ਇਹਦੇ ਨਾਲ, ਅਸੀਂ ਇਹ ਕੰਮ ਕਰਦੀ ਨਹੀਂ ਹੈਗੇ, ਅਸੀਂ ਛੱਡ ਦਿੰਦੇ ਹਾਂ। ਨਿਕਲਦੀ ਹੈਗੀ ਸਰਪੰਚ ਜੀ, ਕਰੀ ਬੈਠ ਜੂੰਗੀ ਮੈਂ, ਸਾਨੂੰ ਕੀ ਲੋੜ ਹੋ ਸਕਦਾ, ਇਦਾਂ ਕਿੱਦਾਂ ਹੋ ਸਕਦਾ, ਇਹ ਗੱਲ ਹੋ ਨਹੀਂ ਸਕਦੀ। ਜੇ ਸਰਪੰਚ ਸਾਹਿਬ ਇਹ ਗੱਲ ਨਹੀਂ ਹੋ ਸਕਦੀ ਨਾ, ਤੁਸੀਂ ਆਪਦੀ ਸੋਚ ਚੰਗੀ ਬਣਾਓ, ਨਾਲੇ ਪਿੰਡ ਵਾਲਿਆਂ ਨੂੰ ਵਧੀਆ ਬਣਾਓ, ਉਹਨਾਂ ਦੀ ਸੋਚ ਚੰਗੀ ਬਣਾਓ ਕਿ ਫਿਲਮਾਂ 'ਚ ਕੰਮ ਕਰਨ ਵਾਲੇ ਕੁੜੀਆਂ ਦੀ ਇੱਜ਼ਤ ਕਰਨ, ਸੋਚ ਚੰਗੀ ਬਣਾਉਣ ਦੀ ਲੋੜ ਹੈਗੀ। ਲੋਕ ਬਾਹਰ ਕਿਉਂ ਜਾਂਦੇ ਨੇ? ਕਿਉਂਕਿ ਉੱਥੇ ਕੋਈ ਧੰਦੇ ਨੂੰ ਮਾੜਾ ਨਹੀਂ ਸਮਝਦਾ, ਕੋਈ ਵੀ ਕੰਮ ਕਰ ਸਕਦਾ, ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ, ਸਾਰੇ ਕੰਮ ਇੱਕੋ ਬਰਾਬਰ ਨੇ। ਤੁਹਾਨੂੰ ਵੀ ਇੱਥੇ ਲੋਕਾਂ ਦੀ ਸੋਚ ਇਹ ਬਣਾਉਣੀ ਚਾਹੀਦੀ ਹੈ ਅਤੇ ਆਪਦੀ ਸੋਚ ਵੀ ਚੰਗੀ ਬਣਾਉਣੀ ਚਾਹੀਦੀ ਹੈਗੀ। ਇਹ ਤਾਂ ਗੱਲ ਤੇਰੀ ਸੁੱਖੀ ਠੀਕ ਹੈ, ਅੱਖਾਂ ਖੋਲਤੀਆਂ ਯਾਰ ਤਾਂ, ਹੈ ਨਾ, ਤਾਂ ਹੀ ਲੋਕ ਬਾਹਰ ਨੂੰ ਜਾਂਦੇ ਨੇ। ਆਪਣੇ ਲੋਕਾਂ ਦੀ ਸੋਚ ਇਹ ਗੰਦੀ ਹੈ ਥੋੜ੍ਹੀ ਜੀ। ਜੇ ਲੋਕ ਆਪਣੇ ਇੱਥੇ ਦੇ ਨਾ ਪੰਜਾਬ ਦੇ ਸਮਝਣ ਤਾਂ ਬਾਹਰ ਜਾਣ ਦੀ ਲੋੜ ਹੀ ਨਹੀਂ। ਕੰਮ ਤੁਰੇ ਵਾਧੂ ਨੇਗੇ, ਕੰਮ ਤੁਰੇ ਵੀ ਬਹੁਤ ਕਰੇ ਜਾਣਗੇ, ਪੰਜਾਬ 'ਚ ਕੋਈ ਕੰਮ ਨਹੀਂ ਮੁੱਕਿਆ ਹੈਗਾ, ਪਰ ਜਿਹੜੇ ਪੰਜਾਬੀਆਂ ਦੀ ਸੋਚ ਗਲਤ ਹੋਈ ਪਈ ਆ ਨਾ, ਬਦਲੀ ਪਈ ਆ, ਤਾਂ ਹੀ ਪੰਜਾਬ ਸੜ ਸੜ ਕੇ ਦੁਨੀਆ ਬਾਹਰ ਬੈਠੀ ਹੈ ਜਾ ਕੇ। ਚਲ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ, ਠੀਕ ਹੈ, ਮੈਨੂੰ ਕਰ ਦਿਓ ਮਾਫ਼, ਮੈਂ ਤਾਂ ਇੱਕ ਤੁਹਾਨੂੰ ਸਮਝਾਉਣ ਦਾ ਫਰਜ਼ ਸੀ, ਜਿਵੇਂ ਤੁਹਾਡਾ ਚਿੱਤ ਕਰਦਾ ਉੱਦਾਂ ਕਰ ਲਓ, ਠੀਕ ਹੈ? ਠੀਕ ਹੈ ਸਰਪੰਚ ਸਾਹਿਬ, ਕੋਈ ਗੱਲ ਨਹੀਂ। ਚਲ ਠੀਕ ਹੈ, ਮੈਂ ਚੱਲਦਾ। ਹਾਂ ਠੀਕ ਹੈ, ਧੰਨਵਾਦ।